हाँ जी दोस्तों, की हाल चाल? उम्मीद है तुम सारे ठीक ही होवोगे। तो अज मैं बरनाले आया हुआ हाँ, बरनाले सिद्धू रेडियोज। तो बई जी बहुत मशहूर ने, है ना, 1985 की बई जी की शॉप हैगी बरनाले। तो बई अपन म्यूजिक सिस्टम बारे सारी नॉलेज देंगे जी, किन्ने इंच म्यूजिक सिस्टम होंगे ने, तो कितों तक बई जी कोरियर कर सकते हैं, तो आप प्राइस भी नाल नाल सारा कुछ पूछांगे। तो बाकी करते हैं गलबात सारी बई जी ना। होर बई जी की हाल है जी? बहुत वधिया जी, वधिया जी। ਅੱਜ ਆਪਾਂ ਬਾਈ ਮਿਊਜ਼ਿਕ ਸਿਸਟਮ ਬਾਰੇ ਸਾਰਾ ਕੁਝ ਦੱਸਣਾ, ਠੀਕ ਹੈ ਜੀ, ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸਣਾ ਜੀ। ਅਤੇ ਜਿਹੜੇ ਆਪਣੇ ਵੀਰ ਕੋਰੀਅਰ ਕਰਵਾਉਂਦੇ ਹੈ ਨਾ ਜੀ, ਤਾਂ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜੀ। ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਜੀ, ਪਰ ਉਹ ਆਪਾਂ ਖਤਮ ਕਰਨੀ ਹੈ ਜੀ ਅੱਜ। ਅਤੇ ਚਲੋ ਜੀ ਫਿਰ ਕਰਦੇ ਹਾਂ ਆਪਾਂ ਬਾਈ ਨਾਲ ਗੱਲਬਾਤ। ਹਾਂਜੀ ਵੀਰ ਕੋਲ ਜਿਵੇਂ ਆਹ 15 ਇੰਚ ਮਿਊਜ਼ਿਕ ਸਿਸਟਮ ਪਿਆ ਜੀ, ਹੈ ਨਾ, 18 ਇੰਚ ਪਿਆ ਜੀ। ਅਤੇ ਕੀ ਪ੍ਰਾਈਸ ਆ ਇਹਦੇ ਵਿੱਚ, ਕੀ ਇਹ 'ਚ ਪਾਇਆ ਹੋਇਆ, ਕਿੰਨੇ ਇੰਚੀ ਸਪੀਕਰ ਨੇ ਜੀ, ਹੈ ਨਾ, ਅਤੇ ਕਿੰਨੇ ਨੇ, ਸਾਰਾ ਕੁਝ ਪੁੱਛਦੇ ਹਾਂ ਬਾਈ ਜੀ ਤੋਂ। ਹਾਂਜੀ ਬਾਈ ਜੀ ਕੀ ਗੱਲਬਾਤ ਆ ਜੀ ਇਹਦੀ? ਇਹ 'ਚ 15 ਇੰਚੀ 4 ਸਬਵੂਫਰ ਨੇ ਜੀ। ਠੀਕ ਹੈ ਜੀ। ਅਤੇ 16 ਪੀਸ ਸਪੀਕਰ ਨੇ 6 ਇੰਚੀ ਜੀ। ਠੀਕ ਹੈ ਜੀ। ਅਤੇ ਵਧੀਆ ਪਲੇਅਰ ਲੱਗਦਾ ਇਹਦੇ ਨਾਲ ਸਾਰਾ ਸਿਸਟਮ। ਠੀਕ ਹੈ ਜੀ। ਕੀ ਪ੍ਰਾਈਸ ਆ ਜੀ ਇਹਦਾ? ਇਹਦਾ 42,000 ਰੁਪਇਆ ਜੀ। 42,000। ਠੀਕ ਹੈ। ਇਹ ਥੱਲੇ 18 ਇੰਚੀ ਪਿਆ ਜੀ, ਇਹਦੀ ਗੱਲਬਾਤ ਆ? ਇਹ 18 ਇੰਚੀ 2 ਸਬਵੂਫਰ ਲੱਗੇ ਹੋਏ ਜੀ ਇਹ 'ਚ, ਅਤੇ 17 ਸਪੀਕਰ ਲੱਗਦੇ ਜੀ ਇਹ 'ਚ। ਹਾਂਜੀ। ਇਹਦੀ ਵੀ 42,000 ਰੁਪਈਆ ਕੋਸਟ। ਹਾਂਜੀ। ਗਰੰਟੀ ਇਹਨਾਂ ਦੀ 6 ਮਹੀਨੇ ਦੀ ਹੁੰਦੀ ਹੈ ਸਾਰੇ ਸਿਸਟਮਾਂ ਦੀ। ਠੀਕ ਹੈ। ਲੈ ਲਓ ਆਪ 6 ਮਹੀਨੇ ਦੀ ਗਰੰਟੀ। ਹਾਂਜੀ। ਠੀਕ ਹੈ ਜੀ। ਅਤੇ ਇੱਧਰ ਬਾਈ ਕੰਮ 'ਤੇ ਲੱਗੇ ਬਾਈ ਨੇ, ਹੈ ਨਾ, ਬਿਜੀ ਬਹੁਤ ਰਹਿੰਦੇ ਨੇ ਬਾਈ ਇਹ। ਅਤੇ ਇੱਧਰ ਸਾਰਾ ਆਹ ਐਂਪਲੀਫਾਇਰ ਹੈ ਜਿਹੜੇ ਬਾਈ ਆਪ ਹੀ ਤਿਆਰ ਕਰਦੇ ਨੇ, ਠੀਕ ਹੈ, ਸਾਰਾ ਆਪਦੇ ਹੱਥੀਂ ਹੈਂਡਮੇਡ ਆ ਬਾਈਆਂ ਦਾ ਸਾਰਾ ਕੰਮ। ਅਤੇ ਇੱਧਰ ਬਾਈ ਜੀ ਪਲੇਟਾਂ ਪਈਆਂ ਨੇ ਜੀ, ਹੈ ਨਾ, ਅਤੇ ਪਲੇਟਾਂ ਬਾਈ ਆਹ ਦੇਖੋ ਸਿੱਧੂ ਰੇਡੀਓ ਬਰਨਾਲਾ ਪਲੇਟਾਂ ਬਾਈ ਸਾਰੀਆਂ ਆਪ ਤਿਆਰ ਕਰਕੇ, ਅਤੇ ਫਿਰ ਇੱਧਰ ਬਾਈ ਸਾਰਾ ਕੁਛ ਅਗਲਾ ਪ੍ਰੋਸੈਸ ਤਿਆਰ ਕਰਦੇ ਨੇ। ਮਿਹਨਤ ਬਹੁਤ ਲੱਗਦੀ ਹੈ ਨਾ ਬਾਈ ਜੀ, ਕੰਮ ਬਰੀਕੀ ਬਹੁਤ ਆ ਜੀ। ਹਾਂਜੀ ਹਾਂਜੀ, ਕੰਮ ਬਰੀਕੀ ਆ ਜੀ। ਇੱਕ ਐਂਪਲੀਫਾਇਰ ਬਣਾਉਣ 'ਤੇ ਕਿੰਨੇ ਘੰਟੇ ਲੱਗ ਜਾਂਦੇ ਆ ਜੀ? ਅਸੀਂ ਮਤਲਬ ਇੱਕ ਤਾਂ ਦੇਖਿਆ ਨਹੀਂ ਜੀ, ਕਈ ਮਤਲਬ ਪਾਉਂਦੇ ਹਾਂ ਇਕੱਠੇ 20-30 ਪੀਸ ਪਾਉਂਦੇ ਹਾਂ। ਠੀਕ ਹੈ ਜੀ। 2-3 ਦਿਨ ਲੱਗ ਜਾਂਦੇ ਜੀ। 20 ਪੀਸ 'ਤੇ 2 ਦਿਨ ਲੱਗ ਜਾਂਦੇ ਜੀ? ਹਾਂਜੀ। ਠੀਕ ਹੈ ਜੀ। ਅਤੇ ਇਹਦਾ ਕੀ ਪ੍ਰਾਈਸ ਆ ਜੀ ਐਂਪਲੀਫਾਇਰ ਦਾ ਜੀ? ਇਹ 5,500 ਰੁਪਏ ਦਾ ਜੀ। ਠੀਕ ਹੈ ਜੀ। ਤੇ ਸਾਰੇ ਇੱਕ ਤਰ੍ਹਾਂ ਦੀ ਹੈ ਜੀ? 5,500 ਦੀ ਸਰ? ਮਤਲਬ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਜੀ, ਕੋਈ 5,500 ਦਾ, ਕੋਈ 6,000 ਦਾ, ਕੋਈ 5,000 ਦਾ ਵੀ ਹੈਗਾ ਜੀ। ਠੀਕ ਹੈ ਜੀ। ਕਿੱਟਾ ਦੇ ਹਿਸਾਬ ਨਾਲ ਲੱਗਦੇ ਆ ਹਰੇਕ। ਠੀਕ ਹੈ। ਅਤੇ ਜਿਹੜਾ 6,000 ਵਾਲਾ ਅਤੇ 5,500 ਵਾਲਾ, ਉਹਨਾਂ 'ਚ ਕੀ ਫਰਕ ਹੁੰਦਾ ਜੀ? ਉਹ 'ਚ ਜਿਹੜਾ 5,500 ਦਾ ਜੀ, ਇਹ 'ਚ ਤਾਂ ਇਹ 4 ਮੋਸਪਿਟਲ ਵਾਲੀ ਕਿੱਟ ਲੱਗਦੀ ਆ। ਠੀਕ ਹੈ ਜੀ। ਉਹਦੇ 'ਚ 8 ਮੋਸਪਿਟਲ ਵਾਲੀ ਕਿੱਟ ਹੁੰਦੀ ਆ। ਠੀਕ ਹੈ ਜੀ। ਹਾਂਜੀ। ਆਹ ਹੈਗੇ ਜੀ, ਹੈ ਨਾ। ਹਾਂ, ਇਹ 4 ਲੱਗੇ ਹੋਏ ਜੀ, 2 ਇੱਧਰ 2 ਇੱਧਰ। ਉਹ 4 ਲੱਗੇ ਹੋਣਗੇ ਇੱਧਰ, 4 ਇੱਧਰ ਲੱਗੇ ਹੋਣਗੇ ਜੀ। ਉਹ 8 ਹੋਣਗੇ। ਹਾਂਜੀ। ਤੇ ਇਹਦੀ ਫਿਰ ਲਾਈਫ ਆਟੋਮੈਟਿਕ ਵੱਧ ਜਾਂਦੀ ਆ ਸਿਸਟਮ ਦੀ? ਹਾਂਜੀ, ਲਾਈਫ ਆਟੋਮੈਟਿਕ ਵੱਧ ਜਾਂਦੀ ਆ ਜੀ। ਠੀਕ ਹੈ ਜੀ। ਅਤੇ ਆਹ ਵੀ 4 ਵਾਲੀ ਨੇ ਜੀ, ਹੈ ਨਾ? ਇਹ ਸਾਰੀ 4 ਵਾਲੀ ਹੈ ਜੀ। ਠੀਕ ਹੈ ਜੀ। ਅਤੇ ਜਿਵੇਂ ਆਪਾਂ 18 ਇੰਚੀ ਸਿਸਟਮ ਲਾਉਣਾ ਹੋਵੇ ਤਾਂ ਉਹਦੀ ਫਿਰ 8 ਵਾਲਾ ਲੱਗੂਗਾ ਜੀ, ਹੈ ਨਾ? ਹਾਂਜੀ ਹਾਂਜੀ, ਉਹ ਤਾਂ ਹੈਵੀ ਵਾਲਾ ਪਲੇਅਰ ਲੱਗਦਾ ਜੀ। ਠੀਕ ਹੈ ਜੀ, 8 ਵਾਲਾ। ਠੀਕ ਹੈ ਜੀ। ਚਲੋ ਆਹ ਬਾਈ ਵੀ ਬਿਜੀ ਨੇ ਜੀ, ਹੈ ਕੰਮ 'ਚ। ਹੋਰ ਜੀ ਕੀ ਹਾਲ ਆ? ਅਤੇ ਇਹ ਬਾਈ ਵੀ ਐਂਪਲੀਫਾਇਰ ਬਣਾਈ ਜਾਂਦੇ ਨੇ, 4 ਬਾਈ ਅੱਜ ਐਂਪਲੀਫਾਇਰ ਤਿਆਰ ਕਰੀ ਜਾਂਦੇ ਨੇ। ਅਤੇ ਹੋਰ ਬਾਈ ਜੀ ਕਿੰਨੇ ਇੰਚੀ ਤੱਕ ਮਿਊਜ਼ਿਕ ਸਿਸਟਮ ਤੁਸੀਂ ਲਾਉਣੇ ਜੀ, ਜ਼ਿਆਦਾ ਤੋਂ ਜ਼ਿਆਦਾ? 8 ਇੰਚੀ ਤੋਂ ਲੈ ਕੇ 18 ਇੰਚੀ ਤੱਕ ਹੁੰਦਾ ਜੀ। 18 ਤੱਕ? ਹਾਂਜੀ। ਠੀਕ ਹੈ ਜੀ। 4,500 ਰੁਪਏ ਤੋਂ ਸਟਾਰਟਿੰਗ ਆ, ਉੱਪਰ ਜਿੰਨਾ ਮਰਜ਼ੀ ਲੈ ਲਓ, ਉਹ ਕੋਈ ਮਤਲਬ ਮੈਟਰ ਨਹੀਂ ਹੈਗਾ। ਠੀਕ ਹੈ ਜੀ। ਅਤੇ 8 ਇੰਚੀ ਕਿੰਨੇ ਦਾ ਸਿਸਟਮ ਮਿਲ ਜੂ ਵਧੀਆ ਜੀ? 4,400 ਰੁਪਏ ਦਾ ਜੀ, 2 ਬਕਸ 1 ਡੈਕ। ਠੀਕ ਹੈ। ਉਸ ਤੋਂ ਬਾਅਦ 10 ਇੰਚੀ, ਹੈ ਨਾ? ਉਸ ਤੋਂ ਬਾਅਦ 10 ਇੰਚੀ, 12 ਇੰਚੀ, 15 ਇੰਚੀ। ਠੀਕ ਹੈ ਜੀ। 18 ਇੰਚੀ ਐਂ ਚੱਲੀ ਜਾਂਦਾ ਜੀ ਅੱਗੇ ਜੀ ਅੱਗੇ। ਠੀਕ ਹੈ। ਅਤੇ ਬਾਈ ਕਿੰਨੇ ਟਾਈਮ 'ਚ ਮਿਊਜ਼ਿਕ ਸਿਸਟਮ ਤਿਆਰ ਕਰ ਦਿੰਦੇ ਹੋ ਜੇ ਕਿਸੇ ਨੇ 18 ਇੰਚੀ ਲੈਣਾ ਹੋਵੇ ਜੀ? ਮੰਨ ਲਓ 4-5 ਦਿਨ, ਹਫ਼ਤਾ ਟਾਈਮ ਦੇ ਹਿਸਾਬ ਨਾਲ। ਕਈ ਵਾਰ ਮੂਰੇ ਸੀਜ਼ਨ 'ਚ ਤਾਂ ਮਤਲਬ 15-15 ਦਿਨ ਵੀ ਲੱਗ ਜਾਂਦੇ ਹੈਗੇ। ਠੀਕ ਹੈ ਜੀ। ਜਿੱਦਾਂ ਆਫ ਸੀਜ਼ਨ ਹੋਵੇ ਕੋਈ, ਉਦੋਂ 2-3 ਦਿਨਾਂ 'ਚ ਵੀ ਦੇ ਦਿੰਦੇ ਆ। ਠੀਕ ਹੈ ਜੀ। ਹਾਂਜੀ, ਕੰਮ ਦੇ ਹਿਸਾਬ ਨਾਲ। ਠੀਕ ਹੈ ਜੀ। ਅਤੇ ਕੋਰੀਅਰ ਕਰ ਦੋਗੇ ਜੀ, ਹੈ ਨਾ ਤੁਸੀਂ? ਹਾਂ, ਕੋਰੀਅਰ ਹੋ ਜੂਗਾ ਜੀ, ਜਿਵੇਂ ਮਰਜ਼ੀ। ਲਗਭਗ ਹਰੇਕ ਜਗ੍ਹਾ ਦਾ ਹੀ ਹੋ ਜਾਂਦਾ, ਮਤਲਬ ਕੋਈ ਕਿਸੇ ਇੱਕ ਜਗ੍ਹਾ ਅਜਿਹੀਆਂ ਨੇ ਜਿੱਥੇ ਮਤਲਬ ਹੁੰਦਾ ਨਹੀਂ। ਠੀਕ ਹੈ ਜੀ। ਕਿੱਥੋਂ ਦਾ ਨਹੀਂ ਹੁੰਦਾ ਜੀ ਕੋਰੀਅਰ? ਉਹ ਮਤਲਬ ਗਾਹਕ ਦੇ ਹਿਸਾਬ ਨਾਲ ਹੈ ਜੀ। ਕਈ ਵਾਰ ਜਗ੍ਹਾ ਦੇ ਮੰਨ ਲਓ ਮਾਲ ਮੂਲ ਜਾਂਦਾ ਨਹੀਂ ਚਾਹੀਦਾ, ਜਿਵੇਂ ਟਰੱਕ ਵਗੈਰਾ ਜਾਂਦਾ ਇੱਥੋਂ ਨਾ, ਉਹਨਾਂ ਦੇ ਹਿਸਾਬ ਨਾਲ ਮਾਲ ਰੱਖਦੇ। ਹਾਂਜੀ। ਵੀ ਜਿੱਥੋਂ ਤੱਕ ਟਰਾਂਸਪੋਰਟ ਜਾਂਦੀ ਉੱਥੋਂ ਤੱਕ ਤੁਹਾਡੀ ਕੋਸ਼ਿਸ਼ ਹੈਗੀ ਆ? ਹਾਂ, ਉੱਥੋਂ ਤੱਕ ਕੋਸ਼ਿਸ਼ ਪੂਰੀ ਆ ਆਪਣੀ, ਮਤਲਬ ਗਾਹਕ ਤੱਕ ਪਹੁੰਚਾਈਏ। ਠੀਕ ਹੈ। ਚਲੋ ਬਾਈ ਜੀ, ਕਹਿੰਦੇ ਜਿੱਥੋਂ ਤੱਕ ਟਰਾਂਸਪੋਰਟ ਜਾਂਦੀ ਹੈ ਅਤੇ ਉੱਥੇ ਤੱਕ ਮਿਊਜ਼ਿਕ ਸਿਸਟਮ ਵੀ ਜਾਊਗਾ। ਅਤੇ ਇੱਕ ਬਾਈ ਜਿਵੇਂ ਆਊਟ ਆਫ ਕੰਟਰੀ ਕਹਿ ਦੀ ਜੀ, ਹੈ ਨਾ, ਆਪਣੀ USA ਤੱਕ ਕੋਰੀਅਰ ਪਹੁੰਚ ਜਾਣਗੇ ਜੀ? ਪਹੁੰਚ ਜਾਂਦਾ ਜੀ ਸਾਰੀ ਜਗ੍ਹਾ। ਠੀਕ ਹੈ। ਠੀਕ ਹੈ ਜੀ। ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਕਨੂੰ ਦਾ ਜੀ, ਜਿੱਥੇ ਮਰਜ਼ੀ। ਹਾਂ ਜੀ। ਲੋ ਆਪਣੇ USA ਦੇ ਵਿਊਅਰ ਨੂੰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਅਤੇ USA ਤੱਕ ਕੋਰੀਅਰ ਪਹੁੰਚ ਜੂ ਵੀਰ ਜੀ ਕਹਿੰਦੇ, ਹੈ ਨਾ। ਕਿੰਨੇ ਦਿਨਾਂ ਤੱਕ ਪਹੁੰਚ ਜਾਂਦਾ ਜੀ ਉੱਥੋਂ ਤੋਂ? ਉਹ ਲੱਗ ਜਾਂਦਾ ਜੀ 3 ਮਹੀਨੇ ਲਗਭਗ। 3 ਮਹੀਨੇ ਲੱਗ ਜਾਣਗੇ ਜੀ? ਹਾਂਜੀ। ਠੀਕ ਹੈ ਜੀ।
ਠੀਕ ਹੈ ਜੀ। ਤੇ ਵੀਰ ਜੀ ਫਿਰ ਜਿਵੇਂ ਮਿਊਜ਼ਿਕ ਸਿਸਟਮ ਜਾਂਦਾ ਜੀ ਆਪਣੇ ਏਅਰਪੋਰਟ ਤੇ ਜਾਂਦਾ ਹਨਾ, ਤੇ ਖੋਲ ਖੋਲ ਕੇ ਵੀ ਦੇਖਦਾ ਕੋਈ ਨੁਕਸਾਨ ਤਾਂ ਨਹੀਂ ਪਹੁੰਚਦਾ ਇਹਨੂੰ? ਨਹੀਂ ਨਹੀਂ ਉਹ ਸਾਰਾ ਬਿਲਕੁਲ ਕੱਟਿਆ ਹੁੰਦਾ ਜੀ ਉਹਦਾ, ਉਹਦੇ ਸਿਸਟਮ ਨਾਲ ਨਹੀਂ ਹੁੰਦਾ। ਠੀਕ ਹੈ ਜੀ। ਹਾਂ ਉਹ ਪੱਕਾ ਬਿੱਲ ਕੱਟ ਕੇ ਠੀਕ ਹੈ ਜੀ। ਤੇ ਲਓ ਜੀ ਹੁਣ ਆਪਾਂ ਬਾਈ ਤੋਂ ਇੱਕ ਤਾਂ ਕੰਟੈਕਟ ਨੰਬਰ ਲੈਂਦੇ ਹਾਂ ਅਤੇ ਇੱਕ ਐਡਰੈਸ ਲੈਂਦੇ ਹਾਂ ਸਾਰਾ ਸ਼ੋਪ ਦਾ। ਅਤੇ ਕਿਸੇ ਨੇ ਸ਼ੋਪ 'ਤੇ ਵਿਜਿਟ ਕਰਨਾ ਹੋਵੇ ਸ਼ੋਪ 'ਤੇ ਵਿਜਿਟ ਕਰ ਸਕਦੇ ਹੋ ਤੁਸੀਂ ਹੈ ਨਾ। ਅਤੇ ਕਿੰਨਾ ਜੀ ਕੰਟੈਕਟ ਨੰਬਰ? ਕੰਟੈਕਟ ਨੰਬਰ ਆਪਣਾ ਹੈਗਾ 86464-2013 ਜੀ। ਠੀਕ ਹੈ। ਇੱਕ ਹੈਗਾ 98148-084-06 ਜੀ, ਆਹ ਪੈਨ ਨੰਬਰ। ਠੀਕ ਹੈ ਜੀ। ਅਤੇ ਇਹ ਨੰਬਰ ਪੈਣੇ ਹੈ ਜਦੋਂ ਮਰਜ਼ੀ। ਠੀਕ ਹੈ ਜੀ। ਸਿੱਧੂ ਰੇਹੜੀ ਤੋਂ ਬਰਨਾਲਾ। ਹਾਂਜੀ ਵਾਹ ਜੀ। ਸ਼ੋਪ ਆਪਣੀ ਹੈਗੀ ਆ ਨਵੇਂ ਬੱਸ ਸਟੈਂਡ ਦੀ ਬੈਕ ਸਾਈਡ ਜੀ। ਠੀਕ ਹੈ ਜੀ। ਦਾਣਾ ਮੰਡੀ ਰੋਡ 'ਤੇ ਸਾਹਮਣੇ ਰੋਡਵੇਜ ਦੀ ਵਰਕਸ਼ਾਪ ਬਰਨਾਲੇ ਬਰਨਾਲੇ ਜੀ। ਜਿਵੇਂ ਹੁਣ ਆਪਾਂ ਇੱਧਰ ਦੇਖੀਏ ਜੀ ਹੈ ਨਾ, ਅਤੇ ਇੱਧਰ ਦਾਣਾ ਮੰਡੀ ਰੋਡ ਆ ਜਾਂਦਾ ਜੀ ਫਿਰ। ਦਾਣਾ ਮੰਡੀ ਰੋਡ ਆ ਗਿਆ ਜੀ, ਉਹ ਸਾਹਮਣੇ ਰੋਡਵੇਜ ਦੀ ਵਰਕਸ਼ਾਪ ਆ ਜੀ। ਠੀਕ ਹੈ ਜੀ। ਠੀਕ ਹੈ ਜੀ। ਅਤੇ ਆਹ ਸਾਰੇ ਆਈਲੈਟਸ ਸੈਂਟਰ ਆ ਗਏ ਇੱਧਰ, ਆਈਲੈਟਸ ਵਾਲੇ ਆ ਗਏ। ਠੀਕ ਹੈ ਜੀ। ਅਤੇ ਇਹ ਪਿੱਛੇ ਫਿਰ ਬੱਸ ਸਟੈਂਡ ਆ ਗਿਆ ਜੀ ਇੱਧਰ। ਹਾਂਜੀ ਹਾਂਜੀ, ਬੈਕ ਸਾਈਡ ਬੱਸ ਸਟੈਂਡ ਆ ਗਿਆ ਜੀ। ਆਹ ਇੱਧਰ ਕਿਹੜਾ ਰੋਡ ਆ ਗਿਆ ਜੀ? ਇਹ ਦਾਣਾ ਮੰਡੀ ਰੋਡ ਹੀ ਵੱਜਦਾ ਜੀ। ਇਹ ਦਾਣਾ ਮੰਡੀ ਰੋਡ ਹੀ ਆ, ਬੈਕ ਸਾਈਡ ਹੈਗੀ ਜੀ ਬੱਸ ਸਟੈਂਡ ਦੀ। ਬੱਸ ਸਟੈਂਡ ਦੀ ਬੈਕ ਸਾਈਡ 'ਤੇ ਦਾਣਾ ਮੰਡੀ ਵਾਲਾ ਰੋਡ ਆਈ ਹੈ। ਹਾਂਜੀ। ਠੀਕ ਹੈ ਜੀ। ਅਤੇ ਇੱਧਰ ਬਾਈ ਜੀ ਦੇ ਲਓ ਸ਼ੋਪ ਤੁਸੀਂ ਦੇਖ ਸਕਦੇ ਹੋ ਨਾ, ਸਿੱਧੂ ਰੇਹੜੀ 'ਚ ਬਰਨਾਲਾ ਵੀ 1985 ਦੀ ਸ਼ੋਪ ਨੇ। ਇਹ ਬਾਈ ਜੀ ਫਿਰ 1985 ਕਿਵੇਂ ਤੁਹਾਡੇ ਫਾਦਰ ਸਾਹਿਬ ਕੰਮ ਕਰਦੇ ਜੀ? ਫਿਰ ਕੰਮ ਕਰਦੇ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਤੁਸੀਂ ਸਾਂਭ ਲਿਆ ਕੰਮ ਜੀ? ਚਲੋ ਬਹੁਤ ਬਰਾਦਰ ਨੇ ਸਾਂਭ ਲਿਆ ਜੀ। ਠੀਕ ਹੈ ਜੀ। ਚਲੋ ਬਹੁਤ ਵਧੀਆ ਗੱਲ ਹੈ ਜੀ। ਚਾਰ ਮੁੰਡੇ ਰੱਖੇ ਆਪਣੇ ਕੋਲ, ਦੋਨੇ ਬਰਾਦਰ ਅਸੀਂ ਨੇ ਜੀ। ਠੀਕ ਹੈ ਜੀ। 6 ਜਾਣੇ ਹੋ ਗਏ ਜੀ ਫਿਰ? ਹਾਂਜੀ। ਫਾਦਰ ਸਾਹਿਬ ਸਾਨੇ 7 ਜਾਣੇ ਹੋ ਗਏ? ਹਾਂਜੀ 7 ਜਾਣੇ ਹੋ ਗਏ। ਠੀਕ ਹੈ ਜੀ। ਉਹ ਵੀ ਤੁਹਾਡੀ ਹੈਲਪ ਕਰਾਉਂਦੇ ਹੋਣਗੇ ਹੁਣ ਜੀ? ਹਾਂ ਜੀ, ਮੈਨੂੰ ਹੈਲਪ ਕਰਾਉਂਦੇ ਹੋ ਜ਼ਿਆਦਾਤਰ, ਫ੍ਰੀ ਰਹਿੰਦੇ ਆ ਮਤਲਬ। ਠੀਕ ਹੈ ਜੀ। ਚਲੋ ਫਾਦਰ ਸਾਹਿਬ ਨੂੰ ਵਧੀਆ ਫ੍ਰੀ ਕਰਤਾ ਜੀ। ਹਾਂਜੀ ਹਾਂਜੀ। ਚਲੋ ਵਧੀਆ ਜੀ। ਠੀਕ ਹੈ। ਅਤੇ ਇੱਧਰ ਇੱਕ ਹੁੱਡ ਪਈ ਹੈ, ਫਿਰ ਹੁੱਡ ਵੀ ਲਾ ਦਿੰਦੇ ਜੀ ਤੁਸੀਂ? ਹਾਂਜੀ ਹਾਂਜੀ, ਹੁੱਡ ਵਾਲਾ ਸਿਸਟਮ ਅਸੀਂ ਸਾਰਾ ਮਤਲਬ ਵਰਕਸ਼ਾਪ ਘਰੇ ਬਣਾਈ ਸੀ ਆ। ਹਾਂਜੀ। ਕੀ ਲਾਉਣੇ ਹੈਗੇ ਜ਼ਿਆਦਾ ਇਹ ਮਤਲਬ ਦਿਖਾਉਣ ਖਾਤਰ ਰੱਖਿਆ ਹੋਇਆ। ਠੀਕ ਹੈ ਜੀ। ਹਾਂਜੀ। ਅਤੇ ਘਰੇ ਜਿਹੜੀ ਵਰਕਸ਼ਾਪ ਬਣਾਈ ਹੋਈ ਹੈ, ਫਿਰ ਉਹਦਾ ਵੀ ਆਪਾਂ ਬਲੌਗ ਲੈ ਕੇ ਆਈਏ ਜੀ ਇੱਕ, ਹੈ ਨਾ, ਅਗਲੀ ਵਾਰ ਨੂੰ। ਹਾਂਜੀ। ਅਤੇ ਲਓ ਜੀ ਕੰਟੈਕਟ ਨੰਬਰ ਵੀ ਕਰੋ ਨੋਟ, ਅਤੇ ਇੱਧਰਾਂ ਬਾਈ ਦੀ ਸ਼ੋਪ ਹੈਗੀ ਹੈ ਨਾ, ਇਹ ਸਾਰਾ ਦਾਣਾ ਮੰਡੀ ਰੋਡ ਹੀ ਆ, ਸਾਰੇ ਦਾ ਸਾਰਾ ਹੀ ਇਹ ਦਾਣਾ ਮੰਡੀ ਰੋਡ ਆ। ਅਤੇ ਚਲੋ ਫਿਰ ਮਿਲੀਏ ਬਾਈ ਜੀ ਹੁਣ ਆਪਾਂ ਅਗਲੇ ਵਲੌਗ 'ਚ। ਹਾਂਜੀ। ਚਲੋ ਠੀਕ ਹੈ ਜੀ, ਫਿਰ ਕਰ ਦਿਓ ਜੀ, ਬਾਏ ਬਾਏ ਸਾਰਿਆਂ ਨੂੰ। ਧੰਨਵਾਦ। ਹਾਂਜੀ ਠੀਕ ਹੈ ਜੀ, ਓਕੇ ਜੀ।